ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਕੋਲੇ ਦੀ ਤਰ੍ਹਾਂ ਭਖਦੇ ਨੇ ਹੌਸਲੇ ਜਿਨ੍ਹਾਂ ਦੇ, ਉਹਨਾਂ ਦਾ ਸੇਕ ਰਹਿੰਦੀ ਉਮਰ ਤੱਕ ਦੁਨੀਆ ਯਾਦ ਰੱਖਦੀ ਹੈ। ਡੋਲਦੇ ਨਹੀਂ ਜਿਨ੍ਹਾਂ ਠਾਣਿਆ ਹੈ ਜਿੱਤਣਾ, ਉਹਨਾਂ ਨੂੰ ਹਾਲਾਤਾਂ ਦੀ ਹਨੇਰੀ ਕਦੇ ਝੁਕਾ ਨਹੀਂ ਸਕਦੀ। ਅਜਿਹਾ ਹੀ ਕੁਛ ਕਰ ਵਿਖਾਇਆ ਹੈ ਬਠਿੰਡਾ ਦੇ 20 ਸਾਲਾ ਯਸ਼ਵੀਰ ਗੋਇਲ ਨੇ, ਜੋ ਦੂਜੇ ਬੱਚਿਆਂ ਦੀ ਤਰ੍ਹਾਂ ਨਹੀਂ ਹਨ ਪਰ ਦੂਜੇ ਬੱਚਿਆਂ ਤੋਂ ਘੱਟ ਵੀ ਨਹੀਂ ਹਨ। 20 ਸਾਲਾ ਯਸ਼ਵੀਰ ਗੋਇਲ ਦਿਵਿਆਂਗ ਹਨ ਪਰ ਉਹਨਾਂ ਦਾ ਦਿਮਾਗ ਦੂਜੇ ਬੱਚਿਆਂ ਦੇ ਨਾਲੋਂ 10 ਗੁਣਾ ਤੇਜ਼ ਦੌੜਦਾ। ਦੱਸਦੀਏ ਕਿ ਯਸ਼ਵੀਰ ਗੋਇਲ ਨੇ ਦਿਵਿਆਂਗ ਹੋਣ ਦੇ ਬਾਵਜੂਦ ਵੀ ਆਪਣੀ ਪੜ੍ਹਾਈ ਸਧਾਰਨ ਬੱਚਿਆਂ ਦੀ ਤਰ੍ਹਾਂ ਇੱਕ ਸਧਾਰਨ ਸਕੂਲ 'ਚ ਕੀਤੀ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਖੇਡਾਂ ਅਤੇ ਚਿੱਤਰਕਾਰੀ 'ਚ ਕਈ ਮੈਡਲ ਵੀ ਜਿੱਤੇ ਹਨ। ਜਿਸਦੀ ਕਲਾ ਅਤੇ ਦਿਮਾਗ ਨੂੰ ਦੇਖਦੇ ਹੋਏ 3 ਦਸੰਬਰ ਨੂੰ ਦਿੱਲੀ 'ਚ ਰਾਸ਼ਟਰਪਤੀ ਵੱਲੋਂ ਅਵਾਰਡ ਦਿੱਤਾ ਜਾ ਰਿਹਾ। ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਵਿੱਚ ਕਿਸੇ ਕੰਮ ਨੂੰ ਕਰਨ ਨੂੰ ਲੈ ਕੇ ਜਨੂੰਨ ਹੋਣਾ ਬੇਹੱਦ ਜ਼ਰੂਰੀ ਹੈ। ਅਜਿਹਾ ਜਨੂੰਨ ਬਠਿੰਡਾ ਦੇ ਯਸ਼ਵੀਰ ਗੋਇਲ ਵਿੱਚ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਜਨੂੰਨ ਨੂੰ ਅਤੇ ਉਸਦੇ ਦਿਮਾਗ ਨੂੰ ਦੇਖਦੇ ਹੋਏ ਆਉਣ ਵਾਲੀ 3 ਤਰੀਕ ਨੂੰ ਰਾਸ਼ਟਰਪਤੀ ਅਵਾਰਡ ਮਿਲਣ ਆ ਰਿਹਾ ਹੈ। ਬੇਸ਼ੱਕ ਇਹ ਬੱਚਾ ਜਿਹੜਾ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ, ਬੇਸ਼ੱਕ ਇਹ ਬੱਚਾ ਜਿਹੜਾ ਡਫ ਐਂਡ ਡੇਮ ਹੈ, ਪਰ ਲੇਕਿਨ ਨੋਰਮਲ ਬੱਚਿਆਂ ਨਾਲੋਂ ਵੀ ਇਹ ਬੱਚੇ ਦਾ ਦਿਮਾਗ 10 ਗੁਣਾ ਵੱਧ ਹੈ, ਜਿਸ ਕਰਕੇ ਇਹਨੂੰ ਆਉਣ ਵਾਲੀ 3 ਦਸੰਬਰ ਨੂੰ ਜਿਹੜਾ ਰਾਸ਼ਟਰਪਤੀ ਅਵਾਰਡ ਮਿਲਣ ਜਾ ਰਿਹਾ ਹੈ। ਫਾਦਰ ਵੀ ਸਾਡੇ ਨਾਲ ਇਹਦੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਸਨੇ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਅਤੇ ਕੀ ਸ਼ੁਰੂ ਤੋਂ ਕੀ ਸ਼ੌਕ ਰਹੇ ਨੇ ਅਤੇ ਸਟੱਡੀ ਵਿੱਚ ਵੀ ਕਿਵੇਂ ਰਹੇ ਨੇ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਚੰਦਰ ਪ੍ਰਕਾਸ਼ ਹੈ। ਮੇਰੇ ਬੱਚੇ ਦਾ ਨਾਮ ਯਸ਼ਵੀਰ ਗੋਇਲ ਹੈ। ਯਸ਼ਵੀਰ ਗੋਇਲ ਜਮਾਂਦਰੂ ਗੁੰਗਾ ਬੋਲਾ ਜਵਾਕ ਹੈ, ਪਰ ਇਹਦੇ ਪਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਇਸਨੇ ਇਸ ਚੀਜ਼ ਨੂੰ ਚੁਣੌਤੀ ਲੈਂਦੇ ਹੋਏ ਇਸ ਦੀ ਕੋਈ ਹੀਨਤਾ ਨਹੀਂ ਮੰਨੀ। ਜਿਸ ਤਰ੍ਹਾਂ ਇਹ ਬੱਚਾ ਗਰੋ ਕਰਦਾ ਗਿਆ, ਇਹਨੇ ਆਪਦੀਆਂ ਜੋ ਕਮਜ਼ੋਰੀਆਂ ਸੀ ਸਰੀਰਕ ਤੌਰ 'ਤੇ, ਉਹਦੇ ਕਾਬੂ ਪਾ ਕੇ ਵੱਖਰੇ ਵੱਖਰੇ ਖੇਤਰਾਂ ਵਿੱਚ ਪ੍ਰਾਪਤੀਆਂ ਕੀਤੀਆਂ। ਸਧਾਰਨ ਵਿੱਦਿਆ ਵਿੱਚ ਇਹਨੇ 2 ਸੋਨੇ ਦੇ ਮੈਡਲ ਹਾਸਿਲ ਕੀਤੇ, 5ਵੀਂ ਕਲਾਸ ਵਿੱਚ, 12ਵੀਂ ਕਲਾਸ ਵਿੱਚ। ਇਹਦਾ ਜਿਹੜਾ ਕੰਪੀਟੀਸ਼ਨ ਸੀ ਇਹ ਨੋਰਮਲ ਬੱਚਿਆਂ ਨਾਲ ਸੀ ਸਕੂਲ ਦੇ ਵਿੱਚ। BA ਦੀ ਪੜ੍ਹਾਈ ਇਹਨੇ 63% ਨੰਬਰਾਂ ਵਿੱਚ ਪਾਸ ਕੀਤੀ। ਇਸ ਤੋਂ ਵੱਖਰਾ ਇਹ ਪੰਜਾਬ ਦਾ ਇੱਕੋ ਤਰ੍ਹਾਂ ਦਾ, ਆਪਣੇ ਆਪਣੇ ਕਿਸਮ ਵਿੱਚ ਇੱਕੋ ਤਰ੍ਹਾਂ ਦਾ ਬੱਚਾ ਹੈ ਜਿਸ ਨੇ ਨੈਸ਼ਨਲ ਲੈਵਲ 'ਤੇ ਇਨਫੋਰਮੇਸ਼ਨ ਟੈਕਨੋਲੋਜੀ ਦੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ, ਓਵਰਆਲ ਟਰਾਫੀ ਜਿੱਤੀ ਅਤੇ ਫਿਰ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। ਉੱਥੇ ਇਹ ਅਚੀਵਮੈਂਟ ਅਵਾਰਡ ਲੈ ਕੇ ਆਇਆ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ। ਇਸ ਤੋਂ ਵੱਖਰਾ ਇਸ ਬੱਚੇ ਨੇ ਖੇਡਾਂ ਵਿੱਚ ਵੀ ਬਹੁਤ ਮੱਲਾਂ ਮਾਰੀਆਂ ਨੇ। ਇਹ 2 ਖੇਡਾਂ ਖੇਡਦਾ ਹੈ, ਬੈਡਮਿੰਟਨ ਜਿਹਨੂੰ ਚਿੜੀ ਛਿੱਕਾ ਕਹਿੰਦੇ ਹਾਂ ਅਤੇ ਚੈਸ ਸ਼ਤਰੰਜ। ਸ਼ਤਰੰਜ ਦੇ ਵਿੱਚ ਇਹਨੇ ਸੂਬੇ ਦੇ ਪੱਧਰ 'ਤੇ ਸੋਨੇ ਦਾ ਮੈਡਲ, ਚਾਂਦੀ ਦਾ, ਬ੍ਰੌਂਜ ਮੈਡਲ ਹਾਸਿਲ ਕੀਤੇ। ਇਸ ਤਰ੍ਹਾਂ ਬੈਡਮਿੰਟਨ ਦੇ ਵਿੱਚ ਵੀ ਇਸਨੇ ਸੋਨੇ ਦਾ, ਚਾਂਦੀ ਦਾ ਅਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ। ਅਤੇ ਇਹ ਖੇਡਾਂ 'ਚ ਨੈਸ਼ਨਲ ਲੈਵਲ 'ਤੇ ਵੀ ਇਹ 3 ਵਾਰੀ ਖੇਡ ਚੁੱਕਿਆ ਹੈ। ਕੱਲ ਇੱਥੇ ਹੀ ਬਸ ਨਹੀਂ, ਇਸਨੇ ਆਪਦੇ ਖੇਤਰ ਨੂੰ, ਆਪਦੀਆਂ ਪ੍ਰਾਪਤੀਆਂ ਨੂੰ ਵਿਸ਼ਾਲ ਕਰਨ ਪਿੱਛੇ ਫੋਟੋਗ੍ਰਾਫੀ ਦੇ ਵਿੱਚ ਵੀ ਆਪਦਾ ਹੱਥ ਅਜਮਾਇਆ ਅਤੇ ਪਰਮਾਤਮਾ ਦੀ ਕਿਰਪਾ ਹੋਈ ਕਿ ਇਸ ਨੂੰ ਫੋਟੋਗ੍ਰਾਫੀ ਚੈਂਪੀਅਨਸ਼ਿਪ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਹੋਇਆ। ਇਸ ਦੀ ਖਿੱਚੀ ਵੀ ਫੋਟੋ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਕੰਪੀਟੀਸ਼ਨ ਵਿੱਚ ਪਹਿਲੇ ਸਥਾਨ 'ਤੇ ਆਈ ਅਤੇ ਇਸ ਨੂੰ 1 ਗੋਲਡ ਮੈਡਲ ਮਿਲਿਆ, ਨਕਦ ਇਨਾਮ ਮਿਲਿਆ ਅਤੇ 1 ਸਰਟੀਫਿਕੇਟ ਮਿਲਿਆ। ਉਸ ਤੋਂ ਵੱਖਰਾ ਇਹ ਲਿਖਦਾ ਵੀ ਹੈ। ਇਸਨੇ ਬਠਿੰਡੇ ਦੇ ਕਿਲੇ 'ਤੇ ਸੂਬੇਦਾਰ ਨੰਦ ਸਿੰਘ, ਜੋ ਕਿ ਹਾਈ
ਏਸ਼ੀਆ ਦਾ ਹਾਈਐਸਟ ਡੈਕੋਰੇਟਡ ਸੋਲਜਰ ਹੈ, ਉਸ 'ਤੇ ਵੀ ਅਖਬਾਰਾਂ ਵਿੱਚ ਲਿਖਿਆ, ਫੋਟੋਆਂ ਵੀ ਅਖਬਾਰਾਂ ਵਿੱਚ ਖਿੱਚ ਕੇ ਭੇਜਦਾ ਬਹੁਤ ਲੱਗੀਆਂ। ਇਸ ਨੇ 3 ਕੰਪਿਊਟਰ ਕੋਰਸ ਵੀ ਕੀਤੇ ਨੇ। ਉਸ ਤੋਂ ਵੱਖਰਾ ਇਹ ਡਾਕ ਟਿਕਟਾਂ, ਪੁਰਾਣੇ ਸਿੱਕੇ, ਪੁਰਾਣੇ ਨੋਟ, ਦੇਸ਼ ਵਿਦੇਸ਼ਾਂ ਦੇ ਅਖਬਾਰ ਵੀ ਇਕੱਠੇ ਕਰਦਾ ਹੈ। ਇਹਦੇ ਕੋਲ ਬਹੁਤ ਵੱਡੀ ਕਲੈਕਸ਼ਨ ਹੈ, ਇਸ ਚੀਜ਼ਾਂ ਦੀ ਬੜੀ ਹਿਊਜ ਕਲੈਕਸ਼ਨ ਹੈ। ਇਸ ਤੋਂ ਵੱਖਰਾ ਇਹ ਬੱਚਾ ਹੋਰ ਤਰ੍ਹਾਂ ਦੇ, ਜਿਵੇਂ ਕੰਪਿਊਟਰ ਦਾ ਮਾਸਟਰ ਕਹਿ ਲਓ ਇਹਨੂੰ, ਕੰਪਿਊਟਰ 'ਤੇ ਵੀ ਕੰਮ ਕਰਦਾ ਹੈ ਅਤੇ ਅੱਜ ਕੱਲ੍ਹ ਆਪਦੀ MA ਦੀ ਪੜ੍ਹਾਈ ਕਰ ਰਿਹਾ ਹੈ। ਇਸ ਬੱਚੇ 'ਤੇ ਅੱਜ ਤੱਕ ਇਹਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਪੰਜਾਬ ਦੀ ਸੂਬਾ ਸਰਕਾਰ ਨੇ ਪਿਛਲੇ ਸਾਲ 2018 ਵਿੱਚ ਇਹਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ। ਪਿਛਲੇ ਸਾਲ 3 ਦਸੰਬਰ 2018 ਨੂੰ ਪੰਜਾਬ ਦੀ ਸਰਕਾਰ ਨੇ ਇਹਨੂੰ ਸਟੇਟ ਡਿਸੇਬਿਲਟੀ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਵੱਖਰਾ ਇਹਨੂੰ ਗੌਰਮੈਂਟ ਦੀਆਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਨੇ, ਗੈਰ ਸਰਕਾਰੀ ਸੰਸਥਾਵਾਂ ਨੇ ਇਹਨੂੰ ਬਹੁਤ ਵਾਰੀ ਸਨਮਾਨਿਤ ਕੀਤਾ ਇਸ ਦੀਆਂ ਪ੍ਰਾਪਤੀਆਂ ਦੇਖਦੇ ਹੋਏ। ਇਹ ਬੱਚਾ ਕਦੇ ਵੀ ਵਿਸ਼ੇਸ਼ ਸਕੂਲ 'ਚ ਨਹੀਂ ਪੜ੍ਹਿਆ, ਹਮੇਸ਼ਾ ਬਚਪਨ ਤੋਂ ਹੀ ਇਸ ਨੇ ਜਿਹੜੀ ਆਪਦੀ ਵਿੱਦਿਆ ਪ੍ਰਾਪਤ ਕੀਤੀ ਹੈ ਇੱਕ ਨੋਰਮਲ ਸਕੂਲ 'ਚ ਕੀਤੀ ਹੈ ਅਤੇ ਬਹੁਤ ਪੜ੍ਹਾਈ ਦੇ ਵਿੱਚ ਹੋਰ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ। ਇਹ ਬੱਚੇ ਦਾ ਜੋ ਮਨ ਹੈ ਉਹ ਮਨ ਹੈ ਕਿ ਕੁਛ ਨਾ ਕੁਛ ਮੈਂ ਇਹੋ ਜਿਹਾ ਕਰਾਂ ਕਿ ਜਿਹੜੇ ਵਿਸ਼ੇਸ਼ ਤੌਰ ਦੇ ਬੱਚੇ ਨੇ, ਜਿਹੜੇ ਸੁਣਨ ਅਤੇ ਬੋਲਣ 'ਚ ਅਸਮਰਥ ਨੇ, ਵੀ ਉਹਨਾਂ ਨੂੰ ਮੈਂ ਇੱਕ ਇਹੋ ਜਿਹੀ ਉਦਾਹਰਨ ਪੇਸ਼ ਕਰਾਂ ਕਿ ਉਹ ਮੈਨੂੰ ਵੇਖ ਕੇ ਅੱਗੇ ਵਧਣ ਅਤੇ ਆਪਦੇ ਲਈ, ਆਪਦੇ ਸੂਬੇ ਲਈ, ਆਪਦੇ ਪਰਿਵਾਰ ਲਈ ਅਤੇ ਦੇਸ਼ ਲਈ ਪ੍ਰਾਪਤੀਆਂ ਕਰਨ। ਇਹ ਬੱਚਾ 20 ਸਾਲਾਂ ਦੀ ਉਮਰ ਪੂਰੀ ਕਰ ਚੁੱਕਿਆ ਹੈ ਅਤੇ ਸ਼ਾਇਦ ਪੰਜਾਬ ਦਾ ਪਹਿਲਾ ਬੱਚਾ ਹੋਵੇ ਜਿਹਨੂੰ 20 ਸਾਲਾਂ ਦੀ ਉਮਰ ਵਿੱਚ 3 ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਇੰਟਰਨੈਸ਼ਨਲ ਲੈਵਲ ਦਾ ਅਚੀਵਮੈਂਟ ਅਵਾਰਡ, ਨੈਸ਼ਨਲ ਲੈਵਲ ਦਾ ਗੋਲਡ ਮੈਡਲ, ਫਿਰ 2 ਸੂਬੇ ਦੇ ਸਟੇਟ ਅਵਾਰਡ, ਫਿਰ ਨੈਸ਼ਨਲ ਅਵਾਰਡ। ਅਤੇ ਇਹ ਬੱਚਾ ਅੱਗੇ ਵੀ ਉਮੀਦ ਕਰਦੇ ਹਾਂ ਵੀ ਅੱਗੇ ਵੀ ਬਹੁਤ ਵੱਡੀਆਂ ਪ੍ਰਾਪਤੀਆਂ ਕਰੂਗਾ। ਸਕੂਲ 'ਚ ਪੜ੍ਹੇ ਕਿ ਡਫ ਐਂਡ ਡੰਬ ਸਕੂਲ 'ਚ ਪੜ੍ਹ ਕੇ ਸਟੱਡੀ ਕੀਤੀ, ਜਿਹੜੇ ਇੰਨੇ ਵਧੀਆ ਅੰਕ ਪ੍ਰਾਪਤ ਕੀਤੇ, ਡਫ ਐਂਡ ਸਕੂਲ 'ਚ ਪੜ੍ਹੇ? ਨਹੀਂ, ਇਹ ਡਫ ਐਂਡ ਡੰਬ ਸਕੂਲ 'ਚ ਨਹੀਂ ਪੜ੍ਹਿਆ, ਇਹ ਨੋਰਮਲ ਸਕੂਲ 'ਚ ਪੜ੍ਹਿਆ। ਮੈਂ ਵਿਸ਼ੇਸ਼ ਤੌਰ 'ਤੇ ਸ਼੍ਰੀ ਰਜਨੀਸ਼ ਭਾਰਦਵਾਜ, ਜਿਹੜੇ ਕਿ ਇੱਥੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹਨ, ਉਹ ਮੇਰੇ ਦੋਸਤ ਵੀ ਹਨ, ਉਹਨਾਂ ਨੇ ਮੈਨੂੰ ਕਿਹਾ ਵੀ ਭਾਅ ਜੀ ਮੈਂ ਇਹਨੂੰ ਨੋਰਮਲ ਸਕੂਲ 'ਚ ਪੜ੍ਹਾਉਣਾ। ਉਹ ਇਹਨੂੰ ਲੈ ਗਏ, ਉਹਨਾਂ ਨੇ ਸਾਰੀ ਇਹਦੀ ਦੇਖ ਰੇਖ ਕੀਤੀ ਅਤੇ ਉਹਨੂੰ ਇੱਥੇ ਤੱਕ ਪਹੁੰਚਾਇਆ। ਮੈਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ। ਹੋਰ ਵੀ ਮਿੱਤਰ ਪਿਆਰੇ, ਸੰਸਥਾਵਾਂ, ਹੋਰ ਸਕੇ ਸੰਬੰਧੀ, ਸ਼ੁਭ ਚਿੰਤਕ, ਸ਼ਹਿਰ ਵਾਸੀ, ਜਿਨ੍ਹਾਂ ਨੇ ਇਹਦੀ ਬਾਂਹ ਫੜੀ, ਉਸ ਕਰਕੇ ਹੀ ਇਹ ਇੱਥੇ ਅੱਜ ਇਸ ਥਾਂ 'ਤੇ ਪਹੁੰਚਿਆ। ਇਹਦੀ ਮਦਦ ਸ਼ਾਇਦ ਹੀ ਕੋਈ ਇਹੋ ਜਿਹਾ ਬੰਦਾ ਹੋਵੇ ਜਿਹਨੇ ਇਸਦੀ ਮਦਦ ਨਹੀਂ ਕੀਤੀ। ਇਸਦੀ ਮਦਦ ਸਭ ਨੇ ਕੀਤੀ ਹੈ ਅਤੇ ਨੋਰਮਲ ਸਕੂਲ 'ਚ ਹੀ ਪੜ੍ਹਿਆ ਅਤੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਿਆ। ਇਹਨੇ ਕਦੇ ਹੀਨਤਾ ਨਹੀਂ ਮੰਨੀ, ਠੀਕ ਹੈ, ਔਕੜਾਂ ਆਈਆਂ, ਇਹੋ ਜਿਹੇ ਬੱਚੇ ਨਾਲ ਔਕੜਾਂ ਆ ਜਾਂਦੀਆਂ, ਕਈ ਵਾਰ ਟੀਚਰ ਦਾ ਮਿਸਬਿਹੇਵ ਹੋ ਜਾਂਦਾ, ਕਈ ਵਾਰ ਸਮਾਜ ਦੇ ਕੁਛ ਲੋਕ ਇਹੋ ਜਿਹੇ ਹੁੰਦੇ ਨੇ ਜੋ ਇਹਨਾਂ ਦੀ ਸਮੱਸਿਆ ਨਹੀਂ ਸਮਝਦੇ, ਪਰ ਇਸਨੇ ਔਕੜਾਂ ਨੂੰ ਪਾਸੇ ਰੱਖ ਕੇ ਹਮੇਸ਼ਾ ਅੱਗੇ ਵਧਣ ਦਾ ਯਤਨ ਹੀ ਕੀਤਾ। ਕਿਸ ਤਰ੍ਹਾਂ ਦਾ ਹੁਣ ਮਹਿਸੂਸ ਕਰ ਰਹੇ ਹੋ ਜਿਹੜੇ ਇੰਨੀ ਕਾਮਯਾਬੀ ਹਾਸਿਲ ਹੋ ਰਹੀ ਹੈ, ਰਾਸ਼ਟਰਪਤੀ ਅਵਾਰਡ ਵੀ ਮਿਲਣ ਜਾ ਰਿਹਾ, ਪਹਿਲਾਂ ਵੀ ਸਟੇਟ ਅਵਾਰਡ ਮਿਲਿਆ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਦੇਖੋ ਜੀ, ਮਹਿਸੂਸ ਤਾਂ ਬਹੁਤ ਵਧੀਆ ਹੁੰਦਾ, ਪਰਮਾਤਮਾ ਦੀ ਕਿਰਪਾ, ਅਪਾਰ ਕਿਰਪਾ। ਅਸੀਂ ਜਦੋਂ ਇਹਦਾ ਪਤਾ ਲੱਗਿਆ ਵੀ ਇਹ ਡੈਫ ਐਂਡ ਡੰਬ ਆ, ਤਾਂ ਅਸੀਂ ਇਹਨੂੰ ਪਰਮਾਤਮਾ ਦੇ ਇੱਕ ਤੋਹਫੇ ਦੇ ਤੌਰ 'ਤੇ ਲਿਆ। ਅਸੀਂ ਉਹਦਾ ਸ਼ੁਕਰਾਨਾ ਕੀਤਾ ਵੀ, ਅਤੇ ਹਮੇਸ਼ਾ ਅਰਦਾਸ ਕੀਤੀ ਵੀ ਸਾਨੂੰ ਰਾਹ ਪਾਈ, ਪਰਮਾਤਮਾ ਰਾਹ ਪਾਉਂਦਾ ਗਿਆ, ਇਹ ਅੱਗੇ ਵੱਧਦਾ ਗਿਆ, ਸਾਨੂੰ ਕੋਈ ਨਾ ਕੋਈ ਮਦਦਗਾਰ ਮਿਲਦਾ ਹੀ ਗਿਆ। ਜਦੋਂ ਵੀ ਸਾਡੇ ਦਿਮਾਗ ਦੇ ਵਿੱਚ ਆਇਆ ਵੀ ਇਹ ਲਾਈਫ ਦੇ ਵਿੱਚ ਇਹਦੇ 'ਚ ਹਨੇਰਾ ਹੋਣ ਅੱਗੇ, ਉਦੋਂ ਹੀ ਚਾਨਣ ਹੋ ਗਿਆ। ਅਤੇ ਖੁਸ਼ੀ ਦੀ ਜਿਹੜੀ ਗੱਲ ਹੈ, ਖੁਸ਼ੀ ਇੰਨੀ ਕਿ ਮੈਨੂੰ
ਸਾਰਿਆਂ ਦੇ ਵਿੱਚ ਜਿਹੜੇ ਬੰਦਿਆਂ ਨੇ ਵੀ ਇਹਦੀ ਮਦਦ ਕੀਤੀ ਅਤੇ ਜਿਹੜਿਆਂ ਨੇ ਨਹੀਂ ਵੀ ਕੀਤੀ, ਸਾਰਿਆਂ ਦੇ ਵਿੱਚ ਇਹ ਲੱਗਦਾ ਕਿ ਰੱਬ ਵੱਸਦਾ। ਹਰੇਕ ਨੇ ਆਪਦੀ ਬੁੱਧੀ ਦੇ ਮੁਤਾਬਿਕ, ਹਰੇਕ ਨੇ ਆਪਦੇ ਵਿਵੇਕ ਦੇ ਮੁਤਾਬਿਕ ਫੈਸਲਾ ਲਿਆ, ਅਤੇ ਮੈਂ ਸਾਰਿਆਂ ਦੇ ਧੰਨਵਾਦੀ ਹਾਂ। ਮੈਂ ਇੰਨਾ ਖੁਸ਼ ਹਾਂ ਕਿ ਪਰਮਾਤਮਾ ਹਰੇਕ ਬੰਦੇ ਨੂੰ ਚੜ੍ਹਦੀ ਕਲਾ 'ਚ ਰੱਖੇ। ਜੇ ਮੇਰੇ ਬੱਚੇ ਨੂੰ ਅੱਜ ਬਹੁਤ ਵੱਡਾ ਇਨਾਮ ਮਿਲਣ ਜਾ ਰਿਹਾ, ਮੈਂ ਅਰਦਾਸ ਕਰਦਾ ਕਿ ਹਰੇਕ ਦਾ ਬੱਚਾ ਕੁਛ ਨਾ ਕੁਛ ਬਣੇ, ਦੇਸ਼ ਦੀ ਸੇਵਾ ਕਰੇ, ਮਾਂ ਪਿਓ ਦੀ ਸੇਵਾ ਕਰੇ ਅਤੇ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੇ ਸੂਬੇ ਲਈ ਪ੍ਰਾਪਤੀਆਂ ਕਰੇ। ਜੀ ਬਿਲਕੁਲ ਜੀ, ਯਸ਼ਵੀਰ ਗੋਇਲ ਦੇ ਜਿਹੜੇ ਪਿਤਾ, ਉਹਨਾਂ ਨੂੰ ਬੇਹੱਦ ਖੁਸ਼ੀ ਹੈ ਵੀ ਕਿਉਂਕਿ ਆਉਣ ਵਾਲੀ 3 ਦਸੰਬਰ ਨੂੰ ਉਹਨਾਂ ਦੇ ਬੱਚੇ ਨੂੰ ਜਿਹੜਾ ਰਾਸ਼ਟਰਪਤੀ ਅਵਾਰਡ ਮਿਲਣ ਜਾ ਰਿਹਾ, ਜਿਸ ਕਰਕੇ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਕੈਮਰਾਮੈਨ ਵਰਿੰਦਰ ਸਿੰਘ ਦੇ ਨਾਲ ਕੁਨਾਲ ਬਾਂਸਲ, ਲਿਵਿੰਗ ਨਿਊਜ਼ ਬਠਿੰਡਾ। ਉੱਥੇ ਹੀ ਆਪਣੇ ਪੁੱਤ ਦੀ ਇਸ ਕਾਬਲੀਅਤ ਤੇ ਯਸ਼ਵੀਰ ਗੋਇਲ ਦੀ ਮਾਂ ਦਾ ਕਹਿਣਾ ਹੈ ਕਿ ਯਸ਼ਵੀਰ ਨੂੰ ਸ਼ੁਰੂਆਤ 'ਚ ਕਾਫ਼ੀ ਦਿੱਕਤਾਂ ਆਈਆਂ ਸੀ। ਦਿਵਿਆਂਗ ਹੋਣ ਦੇ ਕਾਰਨ ਉਹਨਾਂ ਦਾ ਕੋਈ ਦੋਸਤ ਨਹੀਂ ਬਣਦਾ ਸੀ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦੇ ਸੀ। ਪਰ ਜਦੋਂ ਤੋਂ ਯਸ਼ਵੀਰ ਨੇ ਆਪਣੇ ਅੰਦਰ ਦੇ ਗੁਣ ਨੂੰ ਤਰਾਸ਼ਿਆ ਹੈ, ਉਦੋਂ ਤੋਂ ਹੀ ਉਸਨੂੰ ਕੁਛ ਕਰਨ ਦੀ ਚਾਹਤ ਰਹਿੰਦੀ ਹੈ, ਜਿਸ ਨਾਲ ਸਾਰਾ ਪਰਿਵਾਰ ਖੁਸ਼ ਹੈ। ਇਹ ਜਿਵੇਂ ਰੱਬ ਦੀ ਦੇਣ ਸੀ ਬੱਚਾ ਸਾਨੂੰ, ਮੈਂ ਤਾਂ ਇਹਨੂੰ ਇੱਕ ਸੇਵਾ ਸਮਝ ਕੇ ਪਾਲਿਆ ਬੱਚੇ ਨੂੰ, ਵੀ ਪਰਮਾਤਮਾ ਨੇ ਮੈਨੂੰ ਇੱਕ ਸੇਵਾ ਲਾਈ ਹੈ, ਇਹ ਸੇਵਾ ਨੂੰ ਅਸੀਂ ਪੂਰਾ ਕਰਨਾ। ਇਹ ਜ਼ਿੰਦਗੀ 'ਚ ਇਹੋ ਜਿਹੇ ਪੜਾਅ ਵੀ ਆਉਂਦੇ ਆ ਜਦੋਂ ਇਹ ਬੱਚਾ ਬਹੁਤ ਡਿਪਰੈਸਡ ਹੁੰਦਾ ਸੀ, ਰੋਂਦਾ ਸੀ, ਮੇਰਾ ਕੋਈ ਦੋਸਤ ਨਹੀਂ, ਮੇਰੇ ਨਾਲ ਕੋਈ ਬੋਲਦਾ ਨਹੀਂ, ਪਰ ਮੈਂ ਤਾਂ ਇਹਨੂੰ ਹਰ ਇਹਦੇ ਸਟੈਪ 'ਤੇ ਹੀ ਸਮਝਾਇਆ ਵੀ ਬੇਟਾ ਹੌਂਸਲਾ ਰੱਖ, ਹੌਂਸਲਾ ਰੱਖ ਕੇ ਆਪਦਾ ਜੀਵਨ ਜੀ। 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਜੋ ਤੇਰੇ 'ਚ ਖੂਬੀ ਉਹ ਕਿਸੇ ਹੋਰ 'ਚ ਨਹੀਂ ਹੋ ਸਕਦੀ, ਅਤੇ ਇਸ ਕਰਕੇ ਤੂੰ ਆਪਦੀਆਂ ਖੂਬੀਆਂ ਨੂੰ ਉੱਪਰ ਚੱਕ। ਅਤੇ ਇਸੇ ਨਾਲ ਹੀ ਬਸ ਇਹ ਬੱਚਾ ਸਮਝਦਾ ਗਿਆ ਸਾਡੇ ਨਾਲ, ਹੱਲਾ ਸ਼ੇਰੀ ਨਾਲ, ਸਭ ਦੀ ਹੱਲਾ ਸ਼ੇਰੀ ਨਾਲ ਬਸ ਅੱਗੇ ਵਧੀ ਗਿਆ ਅਤੇ ਆਪਦਾ ਕੰਮ ਕਰੀ ਗਿਆ। ਇਸੇ ਨਾਲ ਹੀ ਬਸ ਪਰਮਾਤਮਾ ਦੀ ਮਿਹਰ ਰਹੀ ਇਸ 'ਤੇ। ਖੁਸ਼ੀ ਤਾਂ ਦੇਖੋ ਜੀ, ਇੱਕ ਮਾਂ ਆਪਦਾ ਦਿਲ ਨਹੀਂ ਖੋਲ੍ਹ ਕੇ ਦਿਖਾ ਸਕਦੀ ਵੀ ਕਿੰਨੀ ਕੁ ਖੁਸ਼ੀ ਹੁੰਦੀ ਹੈ। ਅਤੇ ਬਾਕੀ ਇਹ ਹੈ ਵੀ ਪਰਮਾਤਮਾ ਇਹੋ ਜਿਹੇ ਹਰੇਕ ਬੱਚਿਆਂ ਨੂੰ ਇਸ ਪੜਾਅ ਤੱਕ ਪਹੁੰਚਾਵੇ ਵੀ ਬੱਚੇ ਆਪਣਾ ਨਾਮ ਕਮਾਉਣ, ਅਤੇ ਆਪਦੀ ਲਾਈਫ ਦਾ ਜਿਹੜਾ ਉਹਨਾਂ ਨੂੰ ਲੱਗਦਾ ਵੀ ਸਾਡਾ, ਅਸੀਂ ਡਿਸੇਬਲ ਬੱਚੇ ਹਾਂ, ਉਹਨਾਂ ਦੇ ਵਿੱਚ ਉਹ ਕਮੀ ਮਹਿਸੂਸ ਹੀ ਨਾ ਕਰਨ ਵੀ ਅਸੀਂ ਇੰਨੇ ਕੁ ਉੱਪਰ ਹੋ ਗਏ ਅਸੀਂ ਤਾਂ ਆਮ ਬੱਚਿਆਂ ਤੋਂ ਵੀ ਵਧੀਆ। ਰੱਬ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਖਾਸੀਅਤ ਦੇ ਕੇ ਦੁਨੀਆਂ 'ਚ ਭੇਜਿਆ, ਬਸ ਲੋੜ ਹੈ ਉਸ ਖਾਸੀਅਤ ਨੂੰ ਪਹਿਚਾਨਣ ਦੀ। ਜਦੋਂ ਉਸ ਖਾਸੀਅਤ ਬਾਰੇ ਲੋਕ ਜਾਣੂ ਹੋ ਜਾਣਗੇ ਤਾਂ ਯਸ਼ਵੀਰ ਗੋਇਲ ਦੀ ਤਰ੍ਹਾਂ ਹੀ ਉਹਨਾਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਜਾਣ ਤੋਂ ਕੋਈ ਰੋਕ ਨਹੀਂ ਸਕਦਾ। ਬਠਿੰਡਾ ਤੋਂ ਕੁਨਾਲ ਬੰਸਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।